ਅਸਲਾਮ ਵਾਲੇਕੁਮ ਸੱਜਣੋ, ਮਿੱਤਰੋ ਅਤੇ ਬੇਲੀਓ। ਮੈਨੂੰ ਲੱਗਦਾ ਸੀ ਕਿ ਮੈਂ ਇੱਕ ਸਾਈਕੋਲੋਜਿਸਟ ਹਾਂ ਅਤੇ ਮੈਂ ਬੜੀ ਪੜ੍ਹੀ ਲਿਖੀ ਗੱਲਾਂ ਕਰ ਸਕਦੀ ਹਾਂ, ਲੇਕਿਨ ਇਸ ਤੋਂ ਪਹਿਲਾਂ ਜਿਹੜੀਆਂ ਮੈਂ ਵੀਡੀਓ ਬਣਾਈਆਂ ਨੇ ਉਹ ਇੰਗਲਿਸ਼ 'ਚ ਸਨ ਜਾਂ ਉਰਦੂ 'ਚ ਸਨ, ਜਿਹਦੇ 'ਚ ਮੇਰੀ ਆਵਾਜ਼ ਵੀ ਬੜੀ ਪੜ੍ਹੀ ਲਿਖੀ ਹੋਈ ਲੱਗ ਰਹੀ ਸੀ। ਮੈਨੂੰ ਲੱਗਦਾ, ਤੁਹਾਨੂੰ ਨਹੀਂ ਲੱਗਦਾ ਤਾਂ ਮੈਨੂੰ ਕੋਈ ਪਰਵਾਹ ਨਹੀਂ। ਹਾਂ, ਲੇਕਿਨ ਜਿਹੜੀਆਂ ਮੈਂ ਗੱਲਾਂ ਤੁਹਾਨੂੰ ਸਮਝਾਈਆਂ ਸਨ ਨਾ, ਮੈਨੂੰ ਨਹੀਂ ਲੱਗਦਾ ਉਹ ਤੁਹਾਡੇ ਪੱਲੇ ਪਈਆਂ ਨੇ, ਇੰਨੇ ਕਮ ਵਿਊਜ਼। ਅਤੇ ਮੈਨੂੰ ਇੰਝ ਲੱਗਦਾ ਕਿ ਹੁਣ ਮੈਨੂੰ ਵੀਡੀਓ ਪੰਜਾਬੀ 'ਚ ਪਾਉਣੀ ਚਾਹੀਦੀ ਸੀ ਤਾਂ ਕਿ ਤੁਹਾਨੂੰ ਦੂਰ ਤੱਕ ਸਮਝ ਲੱਗੇ। ਅੱਛਾ, ਵੈਸੇ ਆਪਸ ਦੀ ਗੱਲ ਹੈ, ਮੈਨੂੰ ਨਾ ਵੀਡੀਓ ਬਣਾਉਂਦੇ ਹੋਏ ਪਤਾ ਨਹੀਂ ਕਿਉਂ ਇਹ ਨਿਮਰਾ ਅਕੀਲ ਮੇਰੇ ਸਿਰ 'ਚ ਵੱਜ ਰਿਹਾ। ਹਰ ਵੀਡੀਓ 'ਤੇ ਨਿਮਰਾ ਅਕੀਲ, ਮੇਰਾ ਨਾਮ ਹੈ ਅਕੀਲ ਔਰ ਮੈਂ ਨਿਮਰਾ ਕੇ ਨਖਰੇ ਉਠਾਤਾ ਹੂੰ, ਔਰ ਲੈ ਜਾ ਮਗਰੋਂ ਭਾਈ ਕੀ ਤੂੰ ਨਖਰੇ ਉਠਾਉਣਾ, ਕੀ ਤੂੰ ਲੰਬੇ ਲੰਬੇ ਪੈਰਾਗ੍ਰਾਫ ਯਾਦ ਕਰਕੇ ਅਤੇ ਉਹ ਕਿਹੜੀਆਂ ਕਿਹੜੀਆਂ ਗੱਲਾਂ, ਬੀਵੀ ਦੀ ਖਿਦਮਤ ਇਹ ਉਹ ਭਾਈ ਸਾਨੂੰ ਪਤਾ ਵਾ, ਤੂੰ ਨਾ ਘਰ ਉਜਾੜ, ਤੂੰ ਨਾ ਇਹਨਾਂ ਮਰਦਾਂ ਔਰਤਾਂ ਨੂੰ ਬਰਬਾਦ ਕਰ, ਔਰਤਾਂ ਨੇ ਘਰ ਯੱਬ ਪਾਇਆ ਹੋਇਆ। ਹਰ ਕੁੜੀ ਕਹਿੰਦੀ ਆ ਅਕੀਲ ਨੂੰ ਵੇਖ ਲਓ, ਇਹ ਕੁਛ ਲਿਆ ਕੇ ਦਿੰਦਾ, ਆਹ ਜਿਹੜੀਆਂ ਤੂੰ ਲਾਲੀਪੋਪੀਆਂ ਤਾਂ ਪਤਾ ਨਹੀਂ ਕੀ ਲੇਜ਼ ਲਿਆਉਂਦਾ, ਮੈਨੂੰ ਪਤਾ ਤੂੰ ਬਾਅਦ 'ਚ ਮੋੜ ਆਉਂਦਾ, ਅਤੇ ਤੈਨੂੰ ਤੇਰੇ ਪਿਓ ਨੇ ਨਾ ਦੁਕਾਨ ਪਾਉਣ ਲਈ ਸਮਾਨ ਲਿਆ ਕੇ ਦਿੱਤਾ ਸੀ, ਤੂੰ ਬੁੱਢੀ ਨੂੰ ਖਵਾ ਖਵਾ ਕੇ ਦੂਸਰਿਆਂ ਦੀ ਜ਼ਿੰਦਗੀ 'ਚ ਅਜ਼ਾਬ ਪਾਇਆ ਹੋਇਆ। ਇੱਥੇ ਫਿਰ ਆ ਜਾਂਦੀ ਆ ਮੁਹੱਲੇ ਦੀ ਬਸ਼ੀਰਾਂ ਵਾਲੀ ਗੱਲ ਕਿ ਛੱਡ ਪੈਣਾ ਸਾਨੂੰ ਕੀ। ਵੈਸੇ ਬਸ਼ੀਰਾ ਮੇਰੀ ਦਾਦੀ ਦਾ ਨਾਂ ਸੀ, ਅੱਲਾ ਉਹਨਾਂ ਦੇ ਦਰਜਾਤ ਬੁਲੰਦ ਫਰਮਾਏ, ਮਾਫ਼ ਕਰਨਾ, ਨਾਂ ਬਹੁਤ ਸੋਹਣਾ ਸੀ ਤਾਂ ਕਰਕੇ ਮੈਂ ਵੀਡੀਓ 'ਚ ਪਾ ਲਿਆ। ਅੱਛਾ, ਖੈਰ ਸਾਨੂੰ ਕੀ, ਮੱਟੀ ਪਾਓ, ਅਸੀਂ ਤਾਂ ਪੜ੍ਹੇ ਲਿਖੇ ਲੋਕ ਹਾਂ ਅਤੇ ਪੜ੍ਹੀਆਂ ਲਿਖਾਂ ਗੱਲਾਂ ਕਰਨੇ ਹਾਂ। ਹੁਣ ਆਉਂਦੇ ਹਾਂ ਜਨਾਬ ਜੀ ਪੜ੍ਹੀਆਂ ਲਿਖਾਂ ਅਤੇ ਅੱਛੇ ਬੰਦਿਆਂ ਵਾਲੀਆਂ ਗੱਲਾਂ। ਵੈਸੇ ਤੁਸੀਂ ਮੇਰੀ ਪੰਜਾਬੀ ਨੂੰ ਜੱਜ ਨਹੀਂ ਕਰਨਾ, ਮੈਨੂੰ ਲੱਗਦਾ ਕਿ ਬਹੁਤ ਬਹੁਤ ਸੋਹਣੀ ਅਤੇ ਵਧੀਆ ਹੋ ਤਾਂ ਗਈ ਹੈ, ਲੇਕਿਨ ਫਿਰ ਵੀ ਇੱਕ ਦੋ ਅਲਫਾਜ਼ ਨੇ ਜਿਨ੍ਹਾਂ 'ਤੇ ਮੈਂ ਅੜ ਉੜ ਜਾਂਦੀ ਹਾਂ, ਠੀਕ ਹੈ ਨਾ, ਅਤੇ ਤੁਸੀਂ ਮਾਜ਼ਰਤ ਦੇ ਨਾਲ ਬਸ ਸੁਣਦੇ ਜਾਓ। ਚਲੋ ਜੀ, ਹੁਣ ਪਤੇ ਦੀਆਂ ਗੱਲਾਂ ਕਰਨੇ ਆ। ਪਤੇ ਦੀਆਂ ਗੱਲਾਂ ਅੱਜ ਮੈਂ ਤੁਹਾਨੂੰ ਇਹ ਦੱਸਣੀਆਂ ਨੇ। ਪਹਿਲੀ ਗੱਲ ਇਹ ਆ, ਓਹੋ ਪਹਿਲੀ ਗੱਲ ਇਹ ਆ, ਤਾਂ ਮੈਨੂੰ ਯਾਦ ਆਈ ਇੱਕ ਇੰਨੀ ਵਧੀਆ ਪੋਇਟਰੀ, ਵਾਹ ਵਾਹ, ਫਿਰ ਸੁਣਦੇ ਜਾਓ ਫਿਰ ਬਾਕੀ ਗੱਲਾਂ ਕਰਾਂਗੇ। ਪਹਿਲੀ ਗੱਲ ਇਹ ਆ ਕਿ ਸਾਰੀ ਗਲਤੀ ਮੇਰੀ ਨਹੀਂ, ਚੱਲ ਜੇ ਹੈ ਵੀ ਤਾਂ ਕੀ ਮੈਂ ਤੇਰੀ ਨਹੀਂ, ਵਾਹ 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 ਵਾਹ। ਅੱਛਾ ਖੈਰ, ਇਹਦੇ 'ਚ ਤੁਸੀਂ ਮੈਨੂੰ ਬਾਅਦ 'ਚ ਦੱਸ ਦੇ ਲੈਣਾ, ਪਹਿਲਾਂ ਉਹ ਗੱਲਾਂ ਸੁਣ ਲਓ ਜਿਹੜੀ ਤੁਹਾਡੇ ਲਈ ਬਹੁਤ ਇੰਪੋਰਟੈਂਟ ਨੇ। ਅਤੇ ਜਨਾਬ ਜੀ ਪਹਿਲੀ ਗੱਲ ਇਹ ਆ, ਨੋਟ ਇਨਵਾਈਟਿਡ ਡੋਂਟ ਗੋ। ਹਾਂ ਹਾਂ, ਮੈਨੂੰ ਪਤਾ ਹੈ ਇੰਗਲਿਸ਼ 'ਚ ਗੱਲ ਹੋ ਗਈ ਆ, ਮੈਂ ਕੋਈ ਵੱਡੀ ਅੰਗਰੇਜ਼ਨ ਨਹੀਂ ਹਾਂ, ਮੈਂ ਤੁਹਾਨੂੰ ਐਡਾ ਪੰਜਾਬੀ 'ਚ ਵੀ ਮਤਲਬ ਸਮਝਾਉਂਦੀ ਹਾਂ। ਜਨਾਬ ਜੀ ਇਹਦਾ ਮਤਲਬ ਇਹ ਆ, ਜੇ ਕਿਸੇ ਨੇ ਤੁਹਾਨੂੰ ਸੱਦਿਆ ਨਹੀਂ ਹੈ ਨਾ ਤਾਂ ਨਾ ਜਾਓ। ਇਹ ਨਹੀਂ ਹੈ ਕਿ ਉਹ ਫਲਾਣੇ ਦੇ ਘਰ ਇਹ ਅੱਜ ਮਹਿਮਾਨ ਆਉਣੇ ਸਨ ਜਾਂ ਅੱਜ ਕੋਈ ਉਹਨਾਂ ਦੇ ਘਰ ਰਸਮ ਹੈ ਅਤੇ ਆਪਾਂ ਵੀ ਅੱਜ ਹੀ ਉਸੇ ਟਾਈਮ ਹੀ ਜਾਵਾਂਗੇ, ਅਗਲੇ ਨੂੰ ਵੀ ਸ਼ਰਮਿੰਦਾ ਕਰਾਂਗੇ, ਅਤੇ ਆਪਣੀ ਤਾਂ ਬਿਸਤੀ ਤਾਂ ਬਿਸਤੀ ਹੈ ਹੀ ਨਾ, ਦੂਜੇ ਨੂੰ ਵੀ ਅਸਾਂ ਪਾਣੀ ਪਾਣੀ ਕਰਕੇ ਆਉਣਾ ਜਨਾਬ ਜੀ। ਅਤੇ ਮੇਰੀ ਗੱਲ ਮੰਨੋ, ਜੇ ਤੁਸੀਂ ਇਨਵਾਈਟਿਡ ਨਹੀਂ ਹੋ ਤਾਂ ਤੁਸੀਂ ਨਹੀਂ ਜਾਣਾ, ਥੋੜ੍ਹੀ ਕੁ ਆਪਣੀ ਸੈਲਫ ਰਿਸਪੈਕਟ, ਥੋੜ੍ਹੀ ਕੁ ਬਸ, ਜ਼ਿਆਦਾ ਨਹੀਂ, ਮਾੜੀ ਮੋਟੀ ਰੱਖਣੀ ਜ਼ਰੂਰ ਆ। ਦੂਜਾ ਮਸ਼ਵਰਾ ਇਹ ਹੈ ਕਿ ਨੋਟ ਟੋਲਡ ਡੋਂਟ ਆਸਕ। ਆਹੋ, ਜੇ ਤੁਹਾਨੂੰ ਨਾ ਕਿਸੇ ਨੇ ਕੁਛ ਦੱਸਿਆ ਨਹੀਂ ਹੈ ਨਾ, ਤਾਂ ਇਹਦਾ ਮਤਲਬ ਹੈ ਤੁਹਾਨੂੰ ਦੱਸਣਾ ਹੀ ਨਹੀਂ ਚਾਹੁੰਦਾ, ਤਾਂ ਉਹਨੂੰ ਨਾ ਪੁੱਛੋ। ਜੇ ਤੁਹਾਡੇ ਸਾਹਮਣੇ ਗੱਲ ਹੋ ਰਹੀ ਆ, ਫਿਰ ਵੀ ਜੇ ਤੁਸੀਂ ਤੁਹਾਡੇ ਨਾਲ ਡਿਸਕਸ ਨਹੀਂ ਕੀ ਗਈ, ਤਾਂ ਇਹਦਾ ਮਤਲਬ ਹੈ ਉਹ ਤੁਹਾਨੂੰ ਐਡਰੈਸ ਨਹੀਂ ਕਰ ਰਿਹਾ, ਤੁਹਾਨੂੰ ਨਹੀਂ ਦੱਸ ਰਿਹਾ। ਉਹ ਮਾੜੀ ਮੋਟੀ ਗੱਲ ਤੁਹਾਡੇ ਸਾਹਮਣੇ ਕਰਨਾ ਮਜਬੂਰੀ ਹੈ, ਤੁਸੀਂ ਵੀ ਢੀਠ ਬਣ ਕੇ ਉੱਥੇ ਬੈਠੇ ਹੋ, ਅਤੇ ਨਾ ਤੁਸੀਂ ਉੱਠਣਾ, ਅਤੇ ਉਹ ਬੰਦਾ ਕੀ ਕਰੇ। ਗੱਲ ਤਾਂ ਉਹਨਾਂ ਕਰਨੀ ਹੈ ਨਾ, ਚਾਹੇ ਉਹ ਫੋਨ 'ਤੇ ਕਰਦਾ ਪਿਆ ਜਾਂ ਕਿਸੇ ਦੇ ਨਾਲ ਕਰਦਾ ਪਿਆ, ਲੇਕਿਨ ਉਹ ਤੁਹਾਡੇ ਨਾਲ ਨਹੀਂ ਕਰਦਾ ਪਿਆ। ਪਹਿਲੀ ਗੱਲ ਇਹ ਹੈ ਕਿ ਤੁਸੀਂ ਚੰਗੇ ਬੰਦੇ ਬਣੋ ਅਤੇ ਉੱਥੋਂ ਉੱਠ ਜਾਓ, ਉਸ ਕੰਪਨੀ ਤੋਂ ਉੱਠ ਜਾਓ। ਜੇ ਨਹੀਂ ਉੱਠਦੇ ਹੋ ਤਾਂ ਫਿਰ ਵੀ ਉਹ ਗੱਲ ਨੂੰ ਸੁਣਨਾ ਹੀ ਨਹੀਂ, ਤੁਸੀਂ ਪੁੱਛਣਾ ਹੀ ਨਹੀਂ ਹੈ ਕਿਹਦੀ ਗੱਲ ਹੋ ਰਹੀ ਹੈ, ਕੀ ਮਤਲਬ, ਕਿਹੜੀ ਭੂਆ, ਕਿਹੜੀ ਖਾਲਾ,
ਕਿਹਦਾ ਕੀ ਹੋਇਆ ਨਾ, ਤੁਸੀਂ ਨਹੀਂ ਬੋਲਣਾ ਵਿੱਚ, ਤੁਸੀਂ ਖਾਮੋਸ਼ੀ ਇਖਤਿਆਰ ਕਰਨੀ ਹੈ। ਜੇ ਗੱਲ ਤੁਹਾਨੂੰ ਦੱਸੀ ਗਈ ਤਾਂ ਜ਼ਰੂਰ ਸੁਣ ਲਿਓ, ਜ਼ਰੂਰ ਮਸ਼ਵਰਾ ਦਿਓ, ਅਦਰਵਾਈਜ਼ ਖਾਮੋਸ਼ੀ ਬਿਹਤਰ ਆ। ਅਗਲੀ ਗੱਲ ਇਹ ਆ, ਜੇ ਤੁਸੀਂ ਲੇਟ ਇਨਵਾਈਟਿਡ ਹੋ ਨਾ ਤਾਂ ਨਾ ਜਾਓ। ਲੇਟ ਇਨਵਾਈਟਿਡ ਤੋਂ ਮਤਲਬ ਇਹ ਹੈ ਕਿ ਚਲੋ ਥੋੜ੍ਹੀ ਬਹੁਤੀ ਸਿਚੁਏਸ਼ਨਸ ਹੁੰਦੀ ਆ, ਤੁਹਾਨੂੰ ਲੋਕਾਂ ਦਾ ਪਤਾ ਹੁੰਦਾ ਕਿ ਇਹ ਬੰਦੇ ਨੇ ਮੈਨੂੰ ਜ਼ਰੂਰ ਬੁਲਾਉਣਾ ਸੀ ਮਗਰ ਉਹ ਭੁੱਲ ਗਿਆ, ਠੀਕ ਹੈ ਰੂਟੀਨ ਉਹਦੀ ਆ ਵਾ, ਅਤੇ ਉਹ ਉਹਨੂੰ ਮੈਂ ਯਾਦ ਨਹੀਂ ਰਿਹਾ। ਲੇਕਿਨ ਮਜੋਰਿਟੀ ਆ ਹੁੰਦਾ ਕਿ ਉਹਨੇ ਤੁਹਾਨੂੰ ਬੁਲਾਉਣਾ ਹੀ ਨਹੀਂ ਸੀ। ਹੁਣ ਉਹ ਆਖਰੀ ਟਾਈਮ 'ਤੇ ਆ ਕੇ ਕਿਸੇ ਯਾਰ ਬੇਲੀ ਨੇ ਮਸ਼ਵਰਾ ਦਿੱਤਾ ਕਿ ਯਾਰਾ ਤੁਸੀਂ ਰੋਟੀ ਤਾਂ ਪਕਾਉਣੀ ਹੀ ਹੈ ਨਾ, ਕੋਈ ਦੋ ਪਲੇਟਾਂ ਵੱਧ ਪਕਾ ਲਓ ਅਤੇ ਉਹਨੂੰ ਫਲਾਣੇ ਨੂੰ ਵੀ ਸੱਦ ਲਓ। ਅਤੇ ਜਨਾਬ ਜੀ ਇਨ ਟਾਈਮ ਤੁਹਾਨੂੰ ਕਾਲ ਆਉਂਦੀ ਹੈ ਕਿ ਆ ਜਾਓ ਭਾਈ, ਅਸੀਂ ਤੁਹਾਨੂੰ ਸੱਦਣਾ ਸੀ ਮਗਰ ਨਾ ਸਾਡਾ ਟਾਈਮ ਨਹੀਂ ਲੱਗਾ, ਜਾਂ ਤੁਹਾਨੂੰ ਸਾਨੂੰ ਯਾਦ ਨਹੀਂ ਰਿਹਾ, ਜਾਂ ਅਸੀਂ ਤੁਹਾਨੂੰ ਮੈਸੇਜ ਕੀਤਾ ਸੀ ਤੁਹਾਡਾ ਫੋਨ ਬੰਦ ਸੀ, ਜਾਂ ਕੋਈ ਇਹੋ ਜਿਹਾ ਮਸਲਾ ਹੋ ਗਿਆ ਸੀ, ਅਤੇ ਤੁਸੀਂ ਇਹਨੂੰ ਮਸਲਾ ਹੀ ਸਮਝਣਾ ਵਾ ਅਤੇ ਤੁਸੀਂ ਨਹੀਂ ਜਾਣਾ। ਥੋੜ੍ਹੀ ਕੁ ਆਪਣੀ ਸੈਲਫ ਰਿਸਪੈਕਟ ਰੱਖੋ। ਅੱਜ ਕੱਲ੍ਹ ਦਾ ਦੌਰ ਇਹੋ ਜਿਹਾ ਹੈ ਕਿ ਪ੍ਰਾਇਰਿਟੀਜ਼ ਹੁੰਦੀ ਹੈ, ਲੋਕ ਅਗਰ ਤੁਹਾਨੂੰ ਕੁਛ ਸਮਝਦੇ ਆ, ਵਾਕਈ ਤੁਹਾਨੂੰ ਉਸ ਮੂਮੈਂਟ ਦਾ ਹਿੱਸਾ ਬਣਾਉਣਾ ਚਾਹੁੰਦੇ ਨੇ, ਤਾਂ ਤੁਹਾਨੂੰ ਪਹਿਲਾਂ ਹੀ ਸੱਦ ਲੈਣਗੇ ਪ੍ਰਾਇਰਿਟੀ 'ਤੇ। ਲੇਕਿਨ ਉਹਨਾਂ ਨਹੀਂ ਸੱਦਣਾ ਸੀ, ਹੁਣ ਆਖਰੀ ਟਾਈਮ 'ਤੇ ਦੋ ਕੁਰਸੀਆਂ ਵੱਧ ਲਾ ਕੇ ਉਹਨਾਂ ਤੁਹਾਨੂੰ ਸੱਦਣਾ, ਅਤੇ ਤੁਹਾਡੀ ਹੁਣ ਇਹ ਹੈ ਕਿ ਤੁਸੀਂ ਨਹੀਂ ਜਾਣਾ, ਠੀਕ ਹੈ ਨਾ। ਕਿਉਂਕਿ ਸਿਆਣੇ ਬਾਬੇ ਆਖਦੇ ਆ, ਜਿਹੜੇ ਦਰਵਾਜ਼ੇ ਤੁਹਾਡੇ ਲਈ ਨਹੀਂ ਖੁੱਲ੍ਹੇ ਨਾ, ਉਹਨੂੰ ਨਾ ਖੜਕਾਓ, ਉਹਦੇ 'ਚ ਜਾ ਕੇ ਆਪਣਾ ਸਿਰ ਨਾ ਮਾਰੋ। ਸਮਝ ਆਈ ਇਹ ਗੱਲ? ਅਤੇ ਥੋੜ੍ਹੀ ਕੁ ਅੱਜ ਕੱਲ੍ਹ ਲੋਕ ਬੜੇ ਸਮਝਦਾਰ ਨੇ, ਲਿਮਿਟੇਸ਼ਨਸ ਰੱਖਦੇ ਨੇ, ਬਾਉਂਡਰੀਜ਼ ਰੱਖਦੇ ਨੇ, ਦੇ ਉਹ ਜਾਣਦੇ ਨੇ ਕਿ ਉਹਨਾਂ ਨੂੰ ਕਿਹੜੀ ਗੱਲ 'ਚ ਤੁਹਾਨੂੰ ਇਨਵੋਲਵ ਕਰਨਾ ਵਾ, ਕਿੱਥੇ ਤੁਹਾਨੂੰ ਬੁਲਾਉਣਾ ਵਾ, ਕਿੱਥੇ ਉਹ ਤੁਹਾਡੇ ਕੋਲ ਡਰਦੇ ਆ ਕਿ ਤੁਹਾਨੂੰ ਨਜ਼ਰ ਨਾ ਲੱਗ ਜਾਈਆਂ, ਉਹ ਤੁਹਾਨੂੰ ਦੱਸਣਾ ਨਹੀਂ ਚਾਹੁੰਦੇ। ਅਤੇ ਇਹ ਜਿਹੜਾ ਬਾਉਂਡਰੀਜ਼ ਵਾਲਾ ਕ੍ਰਾਈਟੀਰੀਆ ਨਾ, ਇਹਨੂੰ ਸਮਝੋ, ਅਤੇ ਉਹੋ ਹੀ ਬਾਉਂਡਰੀਜ਼ ਤੁਸੀਂ ਆਪਣੇ ਲਈ ਵੀ ਰੱਖੋ। ਨੈਕਸਟ ਟਾਈਮ ਤੁਹਾਨੂੰ ਵੀ ਪਤਾ ਹੋਏ ਕਿ ਇਸ ਬੰਦੇ ਨੂੰ ਮੈਂ ਕਿੱਥੇ ਰੱਖਣਾ ਹੈ ਤਾਂ ਕਿੱਥੇ ਮੈਂ ਉਸਨੂੰ ਪਾਰ ਲੰਘਾਉਣਾ ਹੈ ਹੱਥ ਫੜ ਕੇ। ਅਤੇ ਮੇਰੀ ਗੱਲ ਸਮਝ ਰਹੇ ਹੋ ਤੁਸੀਂ? ਅੱਜ ਕੱਲ੍ਹ ਆਪਣੀ ਇੱਜ਼ਤ, ਆਪਣੀ ਸੈਲਫ ਰਿਸਪੈਕਟ ਸਭ ਨੂੰ ਬਹੁਤ ਪਿਆਰੀ ਹੋਣੀ ਚਾਹੀਦੀ ਹੈ, ਅਤੇ ਉਸ ਦੇ ਮੁਤਾਬਿਕ ਹੀ ਤੁਸੀਂ ਰਿਐਕਟ ਕਰੋ ਅਤੇ ਐਕਟ ਕਰੋ। ਆਪਣੀ ਬਾਉਂਡਰੀਜ਼ ਅਤੇ ਲਿਮਿਟੇਸ਼ਨ ਜ਼ਰੂਰ ਬਣਾਓ। ਹਰ ਬੰਦੇ ਨੂੰ ਯਾਰ ਬੇਲੀ ਸਮਝ ਕੇ, ਹਰ ਬੰਦੇ ਨੂੰ ਹਰ ਚੀਜ਼ 'ਚ ਨਹੀਂ ਸੱਦੀਦਾ ਹੁੰਦਾ, ਨਹੀਂ ਬੁਲਾਈਦਾ ਹੁੰਦਾ, ਹਰ ਚੀਜ਼ ਹਰ ਕਿਸੇ ਦੇ ਨਾਲ ਨਹੀਂ ਸ਼ੇਅਰ ਕਰੀਦੀ ਹੁੰਦੀ, ਜਦੋਂ ਤੱਕ ਤੁਸੀਂ ਇਹ ਨਾ ਸਮਝੋ ਕਿ ਆਹ ਮੇਰਾ ਵਾਕਈ ਖੈਰ ਖਵਾਵਾ। ਮੈਨੂੰ ਲੱਗਦਾ ਤਾਂ ਇਹੀ ਹੈ ਕਿ ਤੁਹਾਨੂੰ ਮੇਰੀ ਗੱਲਾਂ ਸਮਝ ਆ ਰਹੀਆਂ ਨੇ। ਜੇ ਸਮਝ ਆ ਰਹੀਆਂ ਨੇ ਤਾਂ ਤੁਸੀਂ ਪੂਰੀ ਵੀਡੀਓ ਵੀ ਦੇਖ ਲਈ ਹੈ, ਅਤੇ ਥੈਂਕ ਯੂ ਸੋ ਮੱਚ। ਅਤੇ ਨੈਕਸਟ ਫਿਰ ਕਿਸੇ ਮਸ਼ਵਰੇ ਦੇ ਨਾਲ ਮੈਂ ਫਿਰ ਹਾਜ਼ਰ ਹੋਊਂਗਾ। ਉਸ ਤੱਕ ਲਈ ਅੱਲਾਹ ਹਾਫਿਜ਼।